plata, plata, plata. Cash, cash, cash. Get money, get money. Spam, bam, bam, bam. Spam, bam. She wanna flick for the gram. Toda esa puta saben who I am, so she wanna check this bitch on cam. Like, hold up. She wanna swallow this pull up. Soon as I bust, I'ma roll up. Four lines are better, I pull up. Papi te paga los biles. Nada más que quiero ese culo. हेलो कितने हैं सर? मैं भाजी बारी कमरा सी। अच्छा मैं गड्डी लेके आया जिम ते चक लेगा मेनू जिम तो। अरे की गल करती भाजी बस हुणे ही आ गया दसो किधर हो तुसी? मैं वही इंपैक्ट और किधर? अच्छा 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 भाजी मैं भूल गया सी भूल गया सी बस मैं आ गया 5 मिनट तक आ गया थोड़े को। ओके कोई ना वेट कर रहा मैं। ओके आ जा। ਹੁਣ ਵਾਰੀ ਆ ਜੀ ਉਸ ਪੱਕ ਦੀ ਜਿਹਨੂੰ ਵੇਖ ਕੇ ਲੋਕ ਬਾਹਰ ਨੂੰ ਭੱਜਦੇ ਨੇ। ਵੱਡੀਆਂ ਗੱਡੀਆਂ ਲੈਣਾ, ਬ੍ਰੈਂਡਡ ਕੱਪੜੇ ਪਾਉਣੇ, ਖੁੱਲ੍ਹੇ ਖਰਚੇ ਕਰਨੇ ਅਤੇ ਸਮਾਟੀ ਬੋਏ ਬਣ ਕੇ ਘੁੰਮਣਾ। ਹਰ ਨੌਜਵਾਨ ਇੱਦਾਂ ਦੀ ਹੀ ਲਾਈਫ 'ਚ ਆਉਣੀ ਚਾਹੁੰਦਾ। ਆਪਣੇ ਅਗਲੇ ਕਿਰਦਾਰ ਦੀ ਲਾਈਫ ਹੀ ਇਸ ਮੋੜ 'ਤੇ ਆ। ਇਹ ਆ ਜੀ ਸਰਵਜੀਤ ਸਿੰਘ। ਹੋਰ ਭਾਜੀ ਕਿੱਦਾਂ? ਬਹੁਤ ਵਧੀਆ, ਹੋਰ ਤੂੰ ਸੁਣਾ? ਬਹੁਤ ਵਧੀਆ, ਕੀ ਬਣਦਾ? ਬਸ ਬਾਈ ਜਿਮ ਜੁਮ ਲਾ ਕੇ ਆਇਆ, ਹੋਰ ਕੀ ਆ? ਚਲੋ ਵਧੀਆ ਫਿਰ ਤੇ। ਹੋਰ ਬਸ ਘਰ ਛੱਡ ਦੀ ਮੈਨੂੰ, ਹੋਰ ਕੀ ਆ? ਯਾਰ ਮੈਂ ਸੋਚਿਆ ਸੀ ਘੁੰਮਾ ਫਿਰਾਂਗੇ ਅੱਜ, ਮੈਂ ਤਾਂ ਹੀ ਟੌਰ ਟੂਰ ਕੱਢੀ ਆ, ਦੇਖੋ ਨਵੀਂ ਛੱਟ ਲੈ ਕੇ ਆਏ ਆ। ਜਾਣਾ ਤਾਂ ਘਰ ਹੀ ਸੀ ਯਾਰ। ਯਾਰ ਏਦਾਂ ਨਾ ਕਰਿਓ, ਮੈਂ ਬਹੁਤ ਸੋਚ ਕੇ ਆਇਆ ਸੀ, ਮੈਂ ਕਿਹਾ ਅੱਜ ਭਾਜੀ ਨੂੰ ਲੈ ਜਾਣਾ। ਮੈਂ ਕਿੱਥੇ ਜਾਣਾ? ਕੋਈ ਨਾ, ਗੇੜੀ ਗੇੜੀ ਕੱਢਦੇ ਆ। ਗੱਡੀ ਹੈਗੀ ਆਪਣੇ ਕੋਲ, ਤਿਆਰ ਆ, ਤੁਸੀਂ ਤਿਆਰ ਹੋ ਜਾਓ, ਟਾਈਮ ਲਾ ਲਿਓ 10-15 ਮਿੰਟ ਦਾ। ਮੈਨੂੰ ਬਸ 15-20 ਮਿੰਟ ਲੱਗਣੇ ਆ, ਮੈਨੂੰ ਕਾਰ ਡ੍ਰੌਪ ਕਰ ਦੇ ਫਿਰ। ਨੋ ਵਰੀਸ ਨੋ ਵਰੀਸ, ਮੈਂ ਕਰ ਲਾਂਗਾ ਵੇਟ, ਕੋਈ ਚੱਕਰ ਨਹੀਂ, ਤੁਸੀਂ ਰੈਡੀ ਹੋ ਫਿਰ ਆਪਾਂ ਗੱਡੀ ਚੱਲਦੇ ਹਾਂ। ਠੀਕ ਹੈ ਚਲੋ ਬੈਠੋ ਫਿਰ। ਹੋਰ ਦੱਸੋ ਭਾਜੀ ਕੰਮ ਕਾਜ ਕਿਵੇਂ ਚੱਲਦਾ ਤੁਹਾਡਾ? ਬਸ ਸਹੀ ਹੈ ਬਾਈ, ਕੰਮ ਤਾਂ ਚੱਲੀ ਜਾਂਦਾ। ਚਲੋ ਹੋਰ ਦੱਸੋ, ਛੇਤੀ ਤਿਆਰ ਹੁੰਦੇ ਆ ਯਾਰ ਜਾ ਕੇ। ਹਾਂਜੀ ਹਾਂਜੀ ਹਾਂਜੀ, ਬਸ ਚੱਲਦੇ ਆ। ਜਾਣਾ ਕਿੱਧਰ ਆ ਤੁਸੀਂ ਦੱਸੋ? ਆਪਾਂ ਤੁਹਾਡੇ ਘਰ ਚੱਲਦੇ ਆ, ਪਹਿਲਾਂ ਰੈਡੀ ਹੋ ਫਿਰ ਬਣਾਉਂਦੇ ਆ ਪਲਾਨ ਕੀ ਕਿਵੇਂ ਕਰਨਾ। ਠੀਕ ਹੈ। ਹੋਰ ਸੈਲੀ ਸੁਲੀ ਦਾ ਕੀ ਹਾਲ? ਕਿੱਦਾਂ ਭਾਜੀ, ਤੁਸੀਂ ਵੀ ਦੁਖਤੀ ਨਾਸਤੇ ਹੱਥ ਰੱਖ ਲੈਂਦੇ ਹੋ, ਐਵੇਂ ਦੀਆਂ ਗੱਲਾਂ ਪੁੱਛ ਕੇ ਯਾਰ ਕਿਉਂ ਗਰੀਬਾਂ ਦਾ ਮਜ਼ਾਕ ਉਡਾਉਂਦੇ ਹੋ? ਦੱਸੋ ਸਾਡੀ ਕਿੱਧਰ ਸੈਲੀ ਆ? ਬਣ ਜੂਗੀ ਸੈਲੀ ਦੀ, ਕੋਈ ਚੱਕਰ ਨਹੀਂ। ਮੈਂ ਕਿਹਾ ਤੁਹਾਡੀ ਕਿਰਪਾ ਹੋਣੀ ਹੈ ਤਾਂ ਹੀ ਲੱਗਦਾ ਕੁਛ ਹੋਣਾ, ਵਰਨਾ ਤੇ ਮੈਨੂੰ ਆਪਣਾ ਔਖਾ ਹੀ ਲੱਗਦਾ। ਬਸ ਆ ਗਏ ਭਾਜੀ, ਇੱਕ ਮਿੰਟ 'ਚ ਵੀ ਤੁਹਾਡਾ ਘਰ, ਤੁਸੀਂ ਹੋ ਰੈਡੀ ਫਟਾਫਟ ਫਿਰ ਚੱਲਦੇ ਆ ਆਪਾਂ। ਹਾਂ ਆ ਜਾ ਅੰਦਰ ਆ ਜਾ, ਬਹਿ, ਮੈਂ ਹੁਣਾਂ ਰੈਡੀ। ਓ ਨਹੀਂ ਭਾਜੀ, ਤੁਸੀਂ ਕਰੋ, ਮੈਨੂੰ ਜਰਾ ਫੋਨ ਆਉਣਾ ਇੱਕ ਅਰਜੈਂਟ, ਮੈਂ ਉਹ ਨਿਬੇੜ ਕੇ ਫਿਰ ਆਪਾਂ ਇਕੱਠੇ ਕਰਦੇ ਹਾਂ ਟਾਈਮ ਸਪੈਂਡ ਆਰਾਮ ਨਾਲ, ਤੁਸੀਂ ਹੋ ਰੈਡੀ ਆਰਾਮ ਨਾਲ। ਓਕੇ ਕੋਈ ਚੱਕਰ। ਠੀਕ ਹੈ, ਉਹ ਆ ਗਿਆ ਘਰ ਤੁਹਾਡਾ। ਮੈਂ ਬਸ ਪੱਗ ਹੀ ਬੰਨਣੀ ਹੈ। ਓਕੇ ਓਕੇ, ਮੈਨੂੰ 10 ਮਿੰਟ ਹੀ ਲੱਗਣੇ। ਹਾਂਜੀ ਹਾਂਜੀ, ਤੇ ਫਿਰ ਆ ਲਓ। ਆ ਗਏ ਜੀ ਆਪਾਂ। ਆਲ ਗੁੱਡ। ਚਲ ਠੀਕ ਹੈ, ਮਿਲਦੇ ਆ ਫਿਰ। ਠੀਕ ਹੈ ਭਾਈ, 10 ਮਿੰਟ ਚ ਆਣਾ ਮੈਂ, ਜਲਦੀ ਜਲਦੀ ਕੋਸ਼ਿਸ਼ ਕਰ। ਕਲੋਜ ਮਿਲ ਲੈ ਜਾ। ਹਾਂ ਗੱਡੀ ਲਾ ਕਰਤੀ? ਹਾਂ ਹੋ ਗਈ। ਹੌਲੀ ਤੁਰ ਲਾ, ਹੋ ਗਈ ਮਗਰੇ ਲੱਗਾ ਤੇਰੇ। ਤੇ ਗੱਲ ਸੁਣ, ਕਾਲਜ ਵਿੱਚ ਕੁੜੀਆਂ ਨਾਲ ਕੱਟ ਫਲਾਟ ਕਰਿਆਗਾ ਯਾਰ, ਦੇਖ ਜਿੰਦਗੀ ਇੱਕ ਵਾਰੀ ਮਿਲੀ ਹੈ, ਮੈਂ ਕਹਿੰਦਾ ਕਰ ਲੋ ਜਿੰਨਾ ਹੁੰਦਾ। ਐਦਾਂ ਕਿਉਂ ਵੇਖ ਰਹੇ ਆ? ਮੈਂ ਤਾਂ ਵੈਸੇ ਮਜ਼ਾਕ ਨਾਲ ਸਾਲਾ ਕਹਿੰਦਾ ਭਰਾ ਤੂੰ ਮੇਰਾ, ਪਤਾ ਹੀ ਹੈ ਤੈਨੂੰ ਮੇਰਾ। ਹਾਂ ਪਰ ਮੈਂ ਨਹੀਂ ਨਾ ਕਹਿੰਦਾ, ਤੂੰ ਵੀ ਨਾ ਕਹਿ ਕਹਿੰਦਾ ਯਾਰ। ਨਹੀਂ ਨਹੀਂ ਨਹੀਂ, ਹੋਇਆ ਸੀ ਕਹਿੰਦਾ, ਟੈਨਸ਼ਨ ਨਾ। ਸ਼ਿਮਲਾ ਮਿਰਚ ਵੇਖ ਸਾਰੀ 6.5 ਦੀ ਲਾਈ ਹੋਈ ਆ, ਮਹਿੰਗਾਈ ਬਹੁਤ ਹੋ ਗਈ ਆ ਯਾਰ, ਇੱਥੋਂ ਕੁਛ ਨਹੀਂ ਲੈਣਾ। ਅੱਗੇ ਵੱਧ ਯਾਰ, ਆਪਾਂ ਆਪਣਾ ਟਾਈਮ ਬਰਬਾਦ ਕਰ ਰਹੇ ਹਾਂ, ਕਦੀ ਇੱਧਰ ਕਦੀ ਉੱਧਰ, ਜਿਹੜੀ ਸ਼ੈ ਲੈਣੀ ਉਹ ਲਈਏ ਤੇ ਫਿਰ ਚੱਲੀਏ ਘਰ। ਟੋਕਰੀ ਦਾ ਆਪਾਂ ਚੱਕੀ ਨਹੀਂ? ਟੋਕਰੀ ਨਹੀਂ ਲੈਂਦੇ ਕੋਈ ਹੋਰ, ਲਈ ਕਿਉਂ ਨਹੀਂ ਟੋਕਰੀ? ਟੋਕਰੀ ਦੇਖਣਾ ਭੁੱਲ ਗਿਆ, ਇੱਕ ਮਿੰਟ ਰੁਕੀ ਯਾਰ। ਉਹ ਆਇਆ, ਆਹ ਕੀ ਆ? ਕਾਜੂ ਕਤਲੀ। ਅੱਛਾ ਖਾਈ ਹੋਣੀ? ਖਲੋ ਜਾ, ਪੇ ਕਰ ਲਈ ਤੁਹਾਨੂੰ ਯਾਰ। ਪਿਆਸ ਹੀ ਲੱਗੀ ਯਾਰ, ਤੂੰ ਮੈਨੂੰ ਲੈ ਕੇ ਕਿਉਂ ਆਇਆ ਇੱਥੇ? ਵੈਸੇ ਆਪਸ ਦੀ ਗੱਲ ਤਾਂ ਇਹ, ਮੈਂ ਕਹਿ ਰਿਹਾ ਮੇਰਾ ਕੁਛ ਪੀਣ ਨੂੰ ਦਿਲ ਕਰ ਰਿਹਾ। ਪੀਣਾ ਪਾਣੀ ਨੂੰ ਹੋਰ ਪਿੰਡ ਮੁਰਤੇ, ਮੈਂ ਤਾਂ ਹੁਣੀ ਪੀਣ ਲੱਗਾ। ਉਹ ਚਿਪਸ ਵੀ ਲੈ ਲਈਏ? ਚਿੱਪੀਆਂ ਚਿੱਪੀਆਂ ਲੈ ਲੈਂਦੇ ਯਾਰ ਤੁਸੀਂ ਜੀ। ਇੱਥੋਂ ਚੱਕ ਕੋਈ, ਕਿਹੜੀ ਲੈਣੀ? ਜਿਹੜੀ ਮਰਜ਼ੀ ਚੱਕ ਲਾ, ਕੋਈ ਸਵਿਥ ਦੀ ਚੱਕ। ਆ ਡਰੀਟੋ ਖਾਣੇ ਨੂੰ ਚੱਕ ਲੈ ਇੱਕ। ਹੈਲਾ ਆ ਵੀ ਆ, ਕਰ ਲੈ ਪੇ ਤੇ ਆ ਜਾ, ਖਾਚੀ ਨਾ ਹੋਵੇ ਤੇ।
ਆਈ ਸੀ ਮੈਂ ਪਹਿਲਾਂ ਆਇਆ ਨਹੀਂ ਕਦੇ ਇੱਧਰ ਅੱਛਾ ਨਹੀਂ ਆਣਾ ਯਾਰ ਕੈਂਡ ਸੀਗਾ ਆਣਾ ਚਾਹੀਦਾ ਸਾਨੂੰ ਚਲੋ ਚੱਲਦੇ ਹਾਂ ਰਾਤ ਜ਼ਿਆਦਾ ਹੋ ਗਈ ਨਾ ਹਾਂ ਬਾਰਿਸ਼ ਵੀ ਪੈ ਰਹੀ ਹੈ ਬਾਰਿਸ਼ ਹੀ ਹੈ ਟਾਈਮ ਤਾਂ ਨਿਕਲ ਗਿਆ ਸਵੇਰ ਤੋਂ ਕੰਮ ਚਲੋ ਚੱਲਦੇ ਹਾਂ ਖਾਣ ਨੂੰ ਕੀ ਬਣਾਇਆ ਸਰ ਮੈਨੂੰ ਕੀ ਪਤਾ ਮੈਂ ਤਾਂ ਆਪ ਹੁਣ ਉੱਠਿਆ ਆਇਆ ਦੇਖ ਤਾਂ ਤੈਨੂੰ ਹੋਸ਼ ਨਹੀਂ ਹੈ ਫ੍ਰਿਜ ਵਿੱਚ ਮੈਂ ਰੱਖਿਆ ਹੀ ਰਾਤ ਸਾਲਨ ਵਾਹ ਤੇ ਆ ਦੇਖ ਨਿਆਣੇ ਦੀ ਕਹਿੰਦੇ ਹੁਣ ਮਗਾ ਨਿਆਣੇ ਦੇਖਦਾ ਕਿਹੜਾ ਵਾ ਓਏ ਤਾਂ ਹਰਪ੍ਰੀਤ ਆਇਆ ਵਾ ਆਇਆ ਆਇਆ ਬਈ ਹੋਰ ਕਿਵੇਂ ਵਧੀਆ ਵਧੀਆ ਤੂੰ ਸੁਣਾ ਆ ਦੋ ਹੀ ਬੈਗ ਲੈ ਆ ਬਾਕੀ ਸਮਾਨ ਨਹੀਂ ਹੈ ਤੇਰਾ ਹਾਂਜੀ ਉਹ ਮਤਲਬ ਸ਼ਾਮ ਨੂੰ ਕਰ ਲਵਾਂਗੇ ਮੈਂ ਚੱਲ ਤਾਂ ਅੱਛਾ ਚੱਲ ਆਇਆ ਹਾਂਜੀ ਰੋਟੀ ਤੇ ਤਾਂ ਬਣਦੀ ਨਹੀਂ ਪਰੋਣੇ ਤੂੰ ਸਦੀਆਂ ਦਾ ਇਹਦਾ ਤੁਹਾਨੂੰ ਪਤਾ ਹੀ ਹੈ ਹਸਨ ਮੇਰਾ ਪਤਾ ਹੋਰ ਕਿਵੇਂ ਵਧੀਆ ਠੀਕ ਠਾਕ ਹਾਂ ਤੇ ਆਪ ਨਾਲ ਕਿਚਨ ਆ ਆਪਣੇ ਭਾਂਡੇ ਆ ਤੇ ਆ ਤੁਸੀਂ ਧੋਣੇ ਮਜ਼ਾਕ ਕਰਦਾ ਤੇ ਇੱਥੇ ਆਪਾਂ ਰੋਟੀ ਰੋਟੀ ਬਣਾਉਣ ਲੱਗਾ ਇਹ ਆਇਓ ਤੇ ਆਪ ਨਹੀਂ ਲਾਂਡਰੀ ਆ ਹਾਂਜੀ ਠੀਕ ਆ ਤੇ ਰੂਮ ਸਾਰੇ ਉੱਪਰ ਹੀ ਆਇਓ ਤੁਹਾਨੂੰ ਮੈਂ ਤੁਹਾਡਾ ਰੂਮ ਦਿਖਾਉਂਦਾ ਇਹ ਵਾਲੇ ਰੂਮ ਸਾਡੇ ਨੇ ਮੇਰਾ ਤਾਂ ਹਸਨ ਦਾ ਆਪਣਾ ਟੋਇਲਟ ਹੈ ਇਹ ਤੋਂ ਬਾਅਦ ਇੱਥੇ ਇੱਕ ਹੋਰ ਬਈ ਰਹਿੰਦਾ ਤੇ ਆਹ ਕੋਨੇ ਵਾਲਾ ਤੁਹਾਡਾ ਰੂਮ ਆ ਤੁਸੀਂ ਇੱਥੇ ਸਮਾਨ ਸਮੂਨ ਰੱਖੋ ਖਾਲੀ ਆ ਫਿਲਹਾਲ ਗੱਦਾ ਗੁੱਦਾ ਵੀ ਤੁਹਾਨੂੰ ਲਿਆ ਕੇ ਦਿੰਦੇ ਆ ਤੇ ਮੈਂ ਹੁਣ ਅਸੀਂ ਬਣਾ ਰਿਹਾ ਥੱਲੇ ਖਾਣਾ ਅਸੀਂ ਇਹ ਤੋਂ ਬਾਅਦ ਕੰਮ ਤੇ ਜਾਣਾ ਤੁਸੀਂ ਫਰੈਸ਼ ਹੋਵੋ ਆ ਟੋਇਲਟ ਆਪਣਾ ਤੇ ਉਹ ਤੋਂ ਬਾਅਦ ਥੱਲੇ ਆਈਓ ਠੀਕ ਹੈ ਮੈਂ ਤੁਹਾਡਾ ਵੇਟ ਕਰੂੰਗਾ ਉਹ ਤੋਂ ਬਾਅਦ ਜਾਊਂਗਾ ਠੀਕ ਹੈ ਓਕੇ ਉਸਤਾਦ ਖਾਣ ਨੂੰ ਕੁਝ ਬਣਿਆ ਕਿ ਨਹੀਂ ਮੈਂ ਤਾਂ ਵੀਰੇ ਰਾਤ ਵਾਲਾ ਕੇਕ ਖਾਧਾ ਹੈ ਬੱਚਿਆ ਯਾਰ ਮੈਂ ਭੁੱਖਾ ਮਰ ਜਾਵਾਂਗਾ ਤੁਸੀਂ ਤੇਰੀ ਵਾਰੀ ਸੀ ਖਾਣਾ ਯਾਰ ਮੈਂ ਲੇਟ ਹੋ ਰਿਹਾ ਮੈਂ ਕੰਮ ਤੇ ਚੱਲਾਂ ਵਾ ਮੈਂ ਲੇਟ ਹੋ ਰਿਹਾ ਤੇ ਮੈਂ ਹੁਣ ਕੰਮ ਤੇ ਚੱਲਾਂ ਮੈਂ ਤੁਹਾਨੂੰ ਸ਼ਾਮ ਨੂੰ ਮਿਲੂੰਗਾ ਠੀਕ ਹੈ ਓਕੇ ਕੰਮ ਤੁਸੀਂ ਹੁਣ ਕਰ ਲਿਓ ਅਜ ਆ ਰੈਸਟ ਓ ਹੈਲੋ ਸਰ ਜੀ ਕੰਮ ਪਾ ਕੇ ਕੰਮ ਤੇ ਲਾ ਭਾਂਡੇ ਨਹੀਂ ਧੋਤੇ ਤੂੰ ਚਲ ਉਸਤਾਦ ਭਾਂਡੇ ਧੋ ਕਿਆ ਬਾਈ ਮੈਂ ਵੀ ਮਿਲ ਲਾਂ ਤੁਹਾਨੂੰ ਸ਼ਾਮ ਤੂੰ ਵਿਹਲਾ ਕਰਿਆ ਕੋਈ ਕੰਮ ਨਹੀਂ ਹੈਗਾ ਤੈਨੂੰ ਪਤਾ ਹੀ ਨਹੀਂ ਹੈਗਾ ਕੰਮ ਸਾਰੇ ਭਾਂਡੇ ਤੂੰ ਧੋਣੇ ਆ ਟੇਬਲ ਟੂਬਲ ਸਾਫ ਕਰ ਲਈ ਹਾਂਜੀ ਜਦੋਂ ਵਿਹਲਾ ਹੋ ਜਾਏਗਾ ਫਿਰ ਵੀ ਹੈਗਾ ਕੰਮ ਵਾਸ਼ਰੂਮ ਸਾਫ ਕਰਨਾ ਠੀਕ ਆ ਡਨ ਹੋ ਗਿਆ ਉਹ ਮੈਂ ਨਿਕਲਾ ਉਹ ਗੱਡੀ ਲੈ ਕੇ ਉਹ ਉਬਰ ਕਰਨੇ ਰਸਤੇ ਨੇ ਇੱਕ ਡਿਲੀਵਰੀ ਆਈ ਮੈਂ ਕਸਟਮਰ ਨੂੰ ਦੇ ਆਇਆ ਹਾ ਚੰਗੇ ਬਣੇ ਹਨ ਅੱਜ ਬੜੇ ਤਾਂ ਬੜੇ ਮਾੜੇ ਹਾਲਾਤ ਚੱਲ ਰਹੇ ਨੇ ਬਿਸਮਿਲ੍ਲਾ ਰਹਿਮਾਨ ਰਹੀਮ ਮਿਲ ਹੀ ਗਿਆ 15 ਮਿੰਟ ਬਾਅਦ ਅੱਛਾ ਇਹ ਡਿਲੀਵਰੀ ਦੇ ਮਿਲ ਗਏ $9 ਟੋਟਲ ਹੋ ਗਏ $70 ਤਿੰਨ ਘੰਟਿਆਂ ਵਿੱਚ ਫਿਰ ਵੀ ਮਾੜੇ ਨਹੀਂ ਇਹ ਕਿਹਦੀ ਕਾਲ ਆ ਗਈ ਏਅਰਪੋਰਟ ਲਾਵਾਂ ਕੈਮਰਾ ਨਹੀਂ ਹੈਗਾ ਹੈਲੋ ਹੈਲੋ ਹਾਂਜੀ ਵੀਰੇ ਕੀ ਹਾਲ ਆ ਵਧੀਆ ਵਧੀਆ ਤੁਸੀਂ ਸੁਣਾਓ ਭਾਜੀ ਕਿੱਦਾਂ ਹਾਂਜੀ ਹਾਂਜੀ ਬਸ ਠੀਕ ਆ ਵਧੀਆ ਹੋਰ ਕਿੱਧਰ ਕੰਮ ਤੇ ਸੀਗੇ ਮੈਂ ਹਾਂਜੀ ਉਬਰ ਹੀ ਕਰਕੇ ਵਿਹਲਾ ਆਇਆ ਸੀ ਬੰਦ ਕਰਤੀ ਮੈਂ ਕੰਮ ਨਹੀਂ ਇੰਨਾ ਖਾਸ ਸੀ ਓਕੇ ਹਾਂਜੀ ਮੈਂ ਵੀ ਘਰੇ ਹੀ ਸੀਗਾ ਬਸ ਟੀਵੀ ਟੂਵੀ ਦੇਖ ਰਿਹਾ ਸੀਗਾ ਪਹਿਲਾਂ ਅੱਛਾ ਮੈਂ ਕਿਹਾ ਵੀ ਜੇ ਆਪਾਂ ਸਮਾਨ ਸਮੂਨ ਮੁੱਕਿਆ ਹੋਇਆ ਸੀਗਾ ਗਰੋਸਰੀ ਦਾ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਫਿਰ ਆਪਾਂ ਗਰੋਸਰੀ ਲੈ ਕੇ ਨੇੜੇ ਹੀ ਆਪਣੇ ਕਿ ਮਤਲਬ ਦੂਰ ਪਊਗਾ ਆਪਾਂ ਨੂੰ ਹਾਂ ਘਰ ਦੇ ਕੋਲ ਹੈਗੇ ਆ IGA ਵੀ ਹੈਗਾ ਵਾ ਕੋਲਸ ਵੀ ਹੈਗਾ ਵਾ ਤੇ ਉਹਨਾਂ ਦੋਵਾਂ ਤੇ ਚਲੇ ਜਾਵਾਂਗੇ ਤੇ ਕੋਈ ਇਸ਼ੂ ਨਹੀਂ ਆ ਮੈਂ ਥੱਕਿਆ ਵੀ ਨਹੀਂ ਆ ਤੇ ਆਪਾਂ ਚਲੇ ਜਾਂਦੇ ਆ ਮੈਂ ਆਨਾ ਵਾ 5-6 ਮਿੰਟ ਲੱਗੂਗੇ ਕਾਰ ਆਉਣ ਨੂੰ ਮੈਨੂੰ ਹਾਂਜੀ ਹਾਂਜੀ ਠੀਕ ਹੈ ਚਲੋ ਫਿਰ ਮੈਂ ਬਾਹਰ ਖੜਦਾ ਮੈਂ ਤੁਸੀਂ ਕਾਲ ਕਰ ਦਿਓ ਮੈਂ ਨਹੀਂ ਨਹੀਂ ਮੈਂ ਜਦੋਂ ਆਉਂਗਾ ਨਾ ਮੈਂ ਤੁਹਾਨੂੰ ਕਾਲ ਕਰੂੰ ਫਿਰ ਬਾਹਰ ਆਈਓ ਤੇ 5-6 ਮਿੰਟ ਲੱਗਣੇ ਆ ਤੁਸੀਂ ਕੀ ਬਾਹਰ ਖੜੇ ਹੋਗੇ ਓਕੇ ਚਲੋ ਠੀਕ ਹੈ ਵੀਰੇ ਮੈਂ ਤੁਹਾਡੀ ਵੇਟ ਕਰਦਾ ਫਿਰ ਕਾਲ ਦੀ ਠੀਕ ਹੈ ਕੀ ਹਾਲ ਆ ਵੀਰੇ ਠੀਕ ਆ ਤੁਸੀਂ ਦੱਸੋ ਬਸ ਵਧੀਆ ਵਧੀਆ ਬਹੁਤ ਹੀ ਬੋਰ ਹੋ ਗਏ ਸੀ ਹਾਂਜੀ ਬਸ ਮਤਲਬ ਜੀ ਜਾਂ ਲੱਗਾ ਨਹੀਂ ਘਰੇ ਬੋਰ ਹੋ ਰਿਹਾ ਸੀਗਾ ਟੀਵੀ ਟੂਵੀ ਦੇਖਣ ਲੱਗ ਗਿਆ ਪਹਿਲਾਂ ਪਰ ਫਿਰ ਇੰਨਾ ਕੁਛ ਹੈ ਨਹੀਂ ਸੀਗਾ ਸਹੀ ਤਰ੍ਹਾਂ ਲੱਗ ਗਈ ਬੈਲਟ ਹਾਂਜੀ ਹਾਂਜੀ ਲੱਗ ਗਈ ਉੱਪਰ ਯਾਰ ਫੇਰ ਹੀ ਕਰੀ ਹੋਏ ਤੁਹਾਨੂੰ ਕੋਈ ਜੋਬ ਸ਼ੋਬ ਨਾ ਲੱਭੀ ਲੇਕਿਨ ਤੁਹਾਨੂੰ ਸ਼ੁਰੂ ਸ਼ੁਰੂ ਤੇ ਕਰਾਵਾਂਗੇ ਹਾਂਜੀ ਕਿੱਧਰ ਆਪਾਂ ਇੱਧਰ ਰਹਿਣਾ ਇੰਨੇ ਪੈਸੇ ਪੂਸੇ ਕੋਈ ਨਹੀਂ ਪਾਉਂਦੇ ਦੇਖ ਲਓ ਤੁਹਾਡੇ ਸਾਹਮਣੇ ਅੱਜ ਬਣਿਆ ਹੀ ਕੁਛ ਨਹੀਂ ਇੱਧਰ ਜਾਣਾ ਆਇਆ ਟੋਕਰੀ ਚਾਕੜਾ ਬੜਾ ਇੰਨੇ ਮਹਿੰਗੇ ਆ ਮੈਂ ਸੋਚਿਆ ਲੈ ਲੈਣੇ ਆ ਹਾਂਜੀ ਬਾਈ ਆਸਟ੍ਰੇਲੀਆ ਫਿਰ ਰਹੇ ਹੋ ਤੁਸੀਂ 850 ਡਾਲਰ ਪੈਸੇ ਕਿੰਨੇ ਲੈ ਕੇ ਆਇਆ ਆਹ ਤਾਂ ਮੈਂ 1000 ਡਾਲਰ ਲੈ ਕੇ ਆਇਆ
ਨਹੀਂ ਇੱਥੇ ਹੁਣ ਸ਼ਾਪਿੰਗ ਵਾਸਤੇ $50 ਇਕੱਠੇ ਹੀ ਸਹੀ ਦੱਸੋ ਇੰਨੇ ਬੜੇ ਹਾਂਜੀ ਮੈਂ ਲੈ ਮੈਨੂੰ ਫੜਾ ਦੋ ਤੁਹਾਡੇ ਕੋਲ ਕੀ ਖੋਲੇਗਾ ਵੀਰੇ ਦੁੱਧ ਦੇਖ ਰਿਹਾ ਸੀਗਾ ਮੈਂ ਮੁੱਕਿਆ ਹੋਇਆ ਵਾ ਕਿੱਥੇ ਹੋਊ ਦੁੱਧ ਕਿਹੜੀ ਲੈ ਆ ਦੇਖੋ ਇੱਥੋਂ ਲੈ ਗਈ ਉਹ ਆਖਰ ਤੱਕ ਸਾਰਾ ਦੁੱਧ ਹੀ ਲੱਗਿਆ ਇੱਥੇ ਸਸਤਾ ਹੀ ਦੇਖ ਲੈਂਦੇ ਹਾਂ ਕੋਈ ਕਿਹੜਾ ਲੱਗੇ ਸਸਤਾ ਸਾਰੇ ਇੱਕ ਹੀ ਬਰਾਬਰ ਹੀ ਹੁੰਦੇ ਆ ਉਹ ਇੱਥੋਂ ਦੇ ਸੈਂਟਸ ਦਾ ਹੀ ਫਰਕ ਹੁੰਦਾ ਵਾ ਇਹ ਨੋਰਮਲ ਮਿਲਕ ਹੁੰਦਾ ਵਾ ਲਾਈਟ ਮਿਲਕ ਫੁੱਲ ਕਰੀਮ ਹੈ ਇੱਧਰ ਦੂਸਰੇ ਪਏ ਨੇ ਸਪੈਸ਼ਲ ਆ ਜਿੱਦਾਂ ਐਲਮੰਡ ਮਿਲਕ ਆ ਸਸਤਾ ਹੀ ਲੱਗ ਰਿਹਾ ਨਾ ਇਹ ਲੈਣਾ ਚੱਕ ਲਓ ਪੀ ਕੇ ਦੇਖ ਲਓ ਤੁਹਾਨੂੰ ਸ਼ਾਇਦ ਨਾ ਪਸੰਦ ਆਵੇ ਮਹਿੰਗਾ ਵਾ ਪਰ $4 ਦਾ ਵਾ ਹੋਰ ਤੁਸੀਂ ਕੀ ਕਹਿ ਰਹੇ ਸੀ $1000 ਲੈ ਆਏ ਸਿਰਫ ਹਾਂਜੀ ਘਰੋਂ ਮੈਂ ਇੰਡੀਆ ਤੋਂ ਭਾਈ ਹਜ਼ਾਰ ਤਾਂ ਮੈਨੂੰ ਮੈਂ ਜਦੋਂ ਆਇਆ ਸੀਗਾ 4-5 ਮਹੀਨੇ ਪਹਿਲੇ ਉਦੋਂ ਵੀ ਹਜ਼ਾਰ ਥੋੜ੍ਹਾ ਸੀ ਹੁਣ ਤਾਂ ਬਹੁਤ ਮਹਿੰਗਾਈ ਹੋ ਗਈ ਆ ਘੱਟ ਤੋਂ ਘੱਟ 3-4 ਹਜ਼ਾਰ ਤਾਂ ਲੈ ਕੇ ਆਉਣਾ ਸੀ ਤੁਸੀਂ ਲੇਕਿਨ ਚਲੋ ਖੈਰ ਹੁਣ ਜੇ ਤੁਹਾਡੇ ਕੋਲ ਹੋਰ ਪਿੱਛੇ ਹੈ ਵੇ ਨਾ ਤਾਂ ਮੰਗਵਾ ਲਓ ਕਿਉਂਕਿ ਅੱਗੇ ਡਿਫੀਕਲਟੀ ਹੁੰਦੀ ਹੈ ਜੋਬ ਵੀ ਨਹੀਂ ਹੈ ਤੁਹਾਡੇ ਕੋਲ ਹਾਂਜੀ ਵੀਰੇ ਜੋਬ ਉਬਰ ਗੱਡੀ ਵੀ ਹਜੇ ਤੁਹਾਡੇ ਕੋਲ ਸਹੀ ਤਰ੍ਹਾਂ ਨਹੀਂ ਮਤਲਬ ਚਲਾਈ ਜਾਏਗੀ ਤੁਹਾਨੂੰ ਉਬਰ ਵੀ ਨਹੀਂ ਕਰਨ ਦੇ ਸਕਦੇ ਠੀਕ ਆ ਹਾਂਜੀ ਅਤੇ ਤੁਹਾਨੂੰ ਜਿਹੜੀ ਗੱਲ ਕੰਮ ਕਰਨਾ ਪਏਗਾ ਉਹ ਤੁਹਾਨੂੰ ਕੋਈ ਜੋਬ ਵਗੈਰਾ ਲੱਭ ਕੇ ਦੇਣੀ ਪਏਗੀ ਮੈਂ ਹੱਸਣ ਨਾਲ ਗੱਲ ਕਰਦਾ ਵਾਂ ਹਾਂਜੀ ਉਹ ਸ਼ਾਇਦ ਕਰੇ ਗੱਲ ਉੱਥੇ ਕੰਸਟਰਕਸ਼ਨ ਵਾਲਿਆਂ ਨਾਲ ਹਾਂਜੀ ਅਤੇ ਉੱਥੇ ਜੋਬ ਦੀ ਗੱਲ ਕਰਦੇ ਹਾਂ ਉਬਰ ਹਜੇ ਤੁਸੀਂ ਨਾ ਹੀ ਕਰੋ ਮੈਂ ਆਪ ਹੀ ਤੁਹਾਨੂੰ ਉਬਰ 'ਤੇ ਲਿਆ ਰਿਹਾ ਉਬਰ 'ਤੇ ਸਿਰਫ ਇੱਕ ਟਰੈਪ ਆਏ ਇੱਥੇ ਸਟੂਡੈਂਟਾਂ ਨੂੰ ਨਾਲੇ ਸਟੂਡੈਂਟ ਬਹੁਤ ਹੋ ਗਏ ਇੱਥੇ ਡਿਲੀਵਰੀਆਂ ਨਹੀਂ ਆਉਂਦੀਆਂ ਹੁਣ ਓਕੇ ਮੈਂ ਖੁਦ ਜੋਬ ਲੱਭ ਰਿਹਾ ਕੋਈ ਚਲੋ ਹੁਣ ਘਰ ਚੱਲਦੇ ਹਾਂ ਖਤਮ ਉਸ ਤੋਂ ਬਾਅਦ ਅਗਲਾ ਅਸੀਂ ਸ਼ੁਰੂ ਕਰਨਾ ਹੈ ਪਰੇਸ਼ਾਨ ਹੋ ਰਿਹਾ ਸੀਗਾ ਵੀਰ ਆਪਣਾ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਕਰਾ ਭਾਂਡੇ ਤਾਂ ਉੱਤੇ ਤੂੰ ਬਕਰਾ ਦਾਂਗੇ ਜੋਬ ਟੈਨਸ਼ਨ ਆਇਆ ਹੈ ਦੁਕਾਨ ਵਾਲੀ ਭਾਂਡੇ ਵਾ ਮੇਰੇ ਕਹਿਣ ਤੇ ਤੂੰ ਭਾਂਡੇ ਟਾਈਮ ਤੇ ਧੋਦਿਆ ਕਰ ਜੋਬਾਂ ਸ਼ੋਬਾਂ ਦੀ ਟੈਨਸ਼ਨ ਤੂੰ ਲੈਣੀ ਕਿੱਡਾ ਤੇਰਾ ਭਾਂਡੇ ਵਰਗਾ ਮੂੰਹ ਮਾਮਾ ਕਮ ਵੀ ਆਵਾਜ਼ ਕਰ ਦੇ ਰੋਟੀ ਦਾ ਕੀ ਸੀਨ ਉਸਤਾਦ ਰੋਟੀ ਦੱਸੋ ਕੀ ਕਰਨਾ ਕੀ ਬਣਿਆ ਬਣਿਆ ਕੁਛ ਵੀ ਨਹੀਂ ਹੈਗਾ ਕਿੰਨੇ ਬਣਾਉਣਾ ਸੀ ਤੂੰ ਆਇਆ ਸੀ ਘਰ ਤੁਸੀਂ ਘਰ ਬੈਠੇ ਹੋ ਨਾ ਤੁਸੀਂ ਬੈਠੇ ਫਿਲਮਾਂ ਲਾ ਕੇ ਹੈ ਤੇ ਰੋਟੀ ਦਾ ਕੋਈ ਪਤਾ ਹੀ ਨਹੀਂ ਗਾਂ ਤੋਂ ਕੋਈ ਵੀ ਬੰਦਾ ਆਏਗਾ ਨਾ ਤੇ ਉਹਨੂੰ ਰਿਕਮੈਂਡ ਆਪਾਂ ਜ਼ਰੂਰ ਕਰਾਂਗੇ ਕਿ ਭਾਈ ਸਿੱਖ ਸੁੱਖੇ ਆਵੇ ਕਿਉਂਕਿ ਯਾਰ ਇੱਥੇ ਪੈਸੇ ਬਹੁਤ ਲੱਗਦੇ ਬਾਹਰੋਂ ਖਾਣ 'ਤੇ ਨਾ ਹਾਂਜੀ ਬਿਲਕੁਲ ਆ ਲਓ ਨੋਟੀਫਿਕੇਸ਼ਨ ਆ ਗਿਆ ਪੀਜ਼ੇ ਆ ਗਏ ਮੈਂ ਲੈ ਗਿਆ ਨਾ ਪੀਜ਼ੇ ਪੂਜ਼ੇ ਤਾਂ ਆਪਣੇ ਆ ਗਏ ਆ ਸੋ ਗਿਆ ਇਹਨੂੰ ਉਠਾਉਂਦੇ ਆ ਹੁਣੀ ਉੱਠ ਖਾੜ ਪੀਜ਼ੇ ਆ ਗਏ ਯਾਰ ਇਹ ਕਿਹੜਾ ਤਰੀਕਾ ਉੱਠ ਜਾਣਾ ਵੈਸੇ ਸੁੱਤਾ ਸੀਗਾ ਤੈਨੂੰ ਮਜ਼ਾਕ ਕੀਤਾ ਤੇ ਹੋਰ ਉੱਠ ਜਾਂਦਾ ਨਾ ਫਿਰ ਤੂੰ ਕਹਿਣਾ ਸੀ ਆ ਕੀ ਉੱਠ ਗਿਆ ਤੂੰ ਆ ਜਾ ਬੈਠ ਬਾਹਰਲੇ ਮੁਲਕ ਆਏ ਬੱਚਿਆਂ 'ਤੇ ਲੱਖ ਜ਼ਿੰਮੇਵਾਰੀਆਂ ਹੁੰਦੀਆਂ ਨੇ ਪੜ੍ਹਾਈ ਦਾ ਬੋਝ ਕੰਮ ਲੱਭਣ ਦੀ ਸਟਰਗਲ ਆਪਣੇ ਖਰਚੇ ਆਪ ਚੱਕਣਾ ਫੀਸਾਂ ਪੂਰੀਆਂ ਕਰਨੀਆਂ ਅਤੇ ਕੁੜੀਆਂ ਤੇ ਦੋ ਵੱਧ ਹੀ ਹੁੰਦੀਆਂ ਨੇ ਕਿਉਂਕਿ ਇਕੱਲੀ ਕੁੜੀ ਨੂੰ ਬਾਹਰ ਭੇਜਣਾ ਮਾਂ ਪਿਓ ਲਈ ਸੌਖੀ ਗੱਲ ਨਹੀਂ ਹੁੰਦੀ ਅਤੇ ਉਹਨਾਂ 'ਚੋਂ ਹੀ ਇੱਕ ਕੁੜੀ ਆ ਕੀਰਤੀ ਸ਼ੀਸ਼ ਕੀਰਤੀ
she will be working here tonight for 2 hours and apa dekhde hain kitna kaam karti hai, then we'll go from there. Okay, he'll take care of you. Thank you. ਇਹ ਸਾਡਾ ਸਰਵਿੰਗ ਏਰੀਆ ਅਸੀਂ ਸਾਰਾ ਸਮਾਨ ਇੱਧਰੋਂ ਸਰਵ ਕਰ ਲਿਆ ਅਤੇ ਗਲਾਸ ਪਏ ਨੇ ਇੱਧਰੋਂ ਵਾਸ਼ ਹੁੰਦੇ ਨੇ ਅਤੇ ਇਹ ਰੈਕ ਹੈਗੇ ਰੈਕ ਤੋਂ ਕਲੀਨ ਕਰਨੇ ਇਹ ਜੋ ਹੋ ਜਾਏਗਾ ਨਾ ਉਸਕੇ ਬਾਅਦ ਟੇਬਲ ਨੰਬਰ 4 ਹੈ ਪਲੇਟਸ ਲਗਾਣੀ ਹੈ ਜੈਸੇ ਟੇਬਲ ਨੰਬਰ 2 ਪੇ ਲੱਗੀ ਹੈ ਔਰ ਟੇਬਲ ਨੰਬਰ 7 ਵੀ ਸੈੱਟ ਕਰਨਾ ਹੈ ਉਸਕੇ ਬਾਅਦ ਇਹ ਸਾਰਾ ਦੇਖ ਲੈਣਾ ਫਿਰ ਮੈਂ ਤੁਹਾਨੂੰ ਆ ਕੇ ਹੋਰ ਕੰਮ ਦੱਸਦਾ ਠੀਕ ਹੈ ਤੁਸੀਂ ਆਓ I'm happy with you. So, look, I want 100% to be done all the time. So, you can start from tomorrow onwards by 11 a.m. Thank you so much, sir. Thank you. Thank you. Chalo. ठीक है फिर मिलते हैं. Okay, bye. Bye. मिलते हैं कल. मिलते हैं ठीक. सॉरी वेट कर रहे हो क्यों हो गया हाँ बस की वेट कर रही हूँ मैं तो कोई ना मैं छोड़ देना नहीं नहीं मैंने अभी चेक किया तो अभी 5 मिनट बस आ जाएंगे मैं चल हाँ जी कंफर्टेबल नहीं मैं छोड़ देना जी लेट हो गया थैंक यू मैं चली जाऊंगी आज चलो ठीक है फिर कल मिलते हैं ओके बाय बाय आगे से इतना लेट नहीं होना कितना सुनसान है यार सब कुछ टाइम भी बहुत ज़्यादा हो गया